ਮਾਤਾ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਅਭਿਆਸ 10 ਦੇ ਆਖਰੀ ਟੌਪਿਕ ਦੇ ਉੱਤੇ ਪਹੁੰਚ ਗਏ। ਬਹੁ ਵਿਕਲਪਿਕ ਪ੍ਰਸ਼ਨ ਆਏ ਦੇ, ਠੀਕ ਹੈ। ਇਹਦੇ ਵਿੱਚ ਬੇਟਾ ਪਹਿਲਾ ਹੈਗਾ, ਕਹਿੰਦਾ ਕਿਸੇ ਸ਼ਹਿਰ ਦੇ 7 ਦਿਨਾਂ ਦੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ ਇਸ ਤਰ੍ਹਾਂ ਹਨ। ਤਾਂ ਕਿਸੇ ਸ਼ਹਿਰ ਦੇ ਬੇਟਾ 7 ਦਿਨਾਂ ਦੇ ਤਾਪਮਾਨ ਦੇ ਅੰਕੜੇ ਦਿੱਤੇ ਹੋਏ ਆ, ਦਿਨ ਦਿੱਤੇ ਹੋਏ ਆ, ਸੋਮ ਤੋਂ ਲੈ ਕੇ ਐਤਵਾਰ ਤਾਪਮਾਨ ਦਿੱਤਾ ਹੋਇਆ, ਕਿੰਨੇ ਕਿੰਨੇ ਡਿਗਰੀ ਸੈਂਟੀਗ੍ਰੇਡ ਰਿਹਾ। ਇਹਨਾਂ ਅੰਕੜਿਆਂ ਤੋਂ ਬੇਟਾ ਆਪਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਦੇਖ ਕੇ। ਕਹਿੰਦਾ ਸਭ ਤੋਂ ਜ਼ਿਆਦਾ ਗਰਮ ਦਿਨ ਕਿਹੜਾ ਹੈ? ਤਾਂ ਬੇਟਾ ਅਸੀਂ ਦੇਖਾਂਗੇ ਵੀ ਇਹਨਾਂ 'ਚੋਂ ਕਿਹੜੇ ਅੰਕੜੇ ਸਭ ਤੋਂ ਵੱਧ ਆ। 36, 34, 38, 40, 39, 40, 41, ਆਹ 41 ਡਿਗਰੀ ਸੈਂਟੀਗ੍ਰੇਡ ਆ ਜਿਹੜਾ ਬੇਟਾ ਸਭ ਤੋਂ ਵੱਧ ਤਾਪਮਾਨ ਆ, ਇਹ ਕਿੱਦਣ ਹੈਗਾ? ਐਤਵਾਰ ਨੂੰ। ਤਾਂ ਸਭ ਤੋਂ ਜ਼ਿਆਦਾ ਗਰਮ ਦਿਨ ਕਿਹੜਾ ਹੈਗਾ? ਐਤਵਾਰ ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਪੁੱਛਦਾ ਕਿਹੜਾ ਦਿਨ ਸਭ ਤੋਂ ਠੰਡਾ ਰਿਹਾ? ਸਭ ਤੋਂ ਠੰਡੇ ਦਾ ਮਤਲਬ ਸਭ ਤੋਂ ਘੱਟ ਤਾਪਮਾਨ ਕਿਹੜੇ ਦਿਨ ਰਿਹਾ? ਤਾਂ ਅਸੀਂ ਦੇਖਦੇ ਹਾਂ ਬੇਟਾ ਆਹ 34 ਡਿਗਰੀ ਸੈਂਟੀਗ੍ਰੇਡ ਸਭ ਤੋਂ ਘੱਟ ਤਾਪਮਾਨ ਰਿਹਾ। ਇੱਦਣ ਵਾਰ ਕੀ ਹੈ? ਮੰਗਲ ਆ, ਦਿਖਦਾ ਪਿਆ ਨਾ ਬੇਟਾ ਮੰਗਲਵਾਰ। ਤਾਂ ਅਸੀਂ ਮੰਗਲਵਾਰ ਨੂੰ ਸਭ ਤੋਂ ਠੰਡਾ ਦਿਨ ਗਿਣਾਂਗੇ ਕਿਉਂਕਿ ਉਸ ਦਿਨ ਤਾਪਮਾਨ ਸਭ ਤੋਂ ਘੱਟ ਹੈ। ਅੱਗੇ ਕਹਿੰਦਾ ਸਭ ਤੋਂ ਵੱਧ ਅਤੇ ਘੱਟ ਤਾਪਮਾਨ ਵਿੱਚ ਕਿੰਨਾ ਅੰਤਰ ਹੈ? ਸਭ ਤੋਂ ਵੱਧ ਅਤੇ ਘੱਟ ਤਾਪਮਾਨ ਵਿੱਚ ਸਭ ਤੋਂ ਵੱਧ ਸੀਗਾ ਬੇਟਾ 41 ਡਿਗਰੀ, ਸਭ ਤੋਂ ਘੱਟ ਹੈਗਾ 34 ਡਿਗਰੀ ਸੈਂਟੀਗ੍ਰੇਡ। ਤਾਂ 41 ਮਾਈਨਸ 34 ਕਿੰਨਾ ਅੰਤਰ ਆ ਗਿਆ? 7 ਡਿਗਰੀ ਸੈਂਟੀਗ੍ਰੇਡ ਦਾ ਅੰਤਰ ਹੈਗਾ। ਆ ਸੀ ਪਾ ਕੇ ਉੱਤੇ 0 ਪਾ ਦਿਓ, ਡਿਗਰੀ ਸੈਂਟੀਗ੍ਰੇਡ ਹੁੰਦਾ। ਤਾਂ ਅੰਤਰ ਕਿੰਨਾ ਆ ਗਿਆ? ਆ D1 7 ਡਿਗਰੀ ਸੈਂਟੀਗ੍ਰੇਡ ਉੱਤਰ ਦਿੰਦਾ ਪਿਆ ਆ, ਠੀਕ ਹੈ ਬੇਟਾ। ਇਦੂ ਬਾਅਦ ਦੇ ਵਿੱਚ ਬੇਟਾ ਉਹ ਪੁੱਛਦਾ ਪਿਆ ਕਿਹੜੇ 2 ਦਿਨ ਬਰਾਬਰ ਗਰਮ ਰਹੇ? ਤਾਂ ਆਪਾਂ ਬੇਟਾ ਦੇਖਾਂਗੇ ਵੀ ਕਿੱਥੇ ਕਿਹੜੇ 2 ਦਿਨਾਂ ਦੇ ਅੰਕੜੇ ਆਪਸ 'ਚ ਰਲਦੇ ਪਏ ਆ। ਜਦੋਂ ਅਸੀਂ ਧਿਆਨ ਨਾਲ ਓਬਜ਼ਰਵ ਕਰਦੇ ਹਾਂ ਤਾਂ ਵੀਰਵਾਰ ਵੀ 40 ਡਿਗਰੀ ਸੈਂਟੀਗ੍ਰੇਡ ਸੀ, ਸ਼ਨੀਵਾਰ ਵੀ 40 ਡਿਗਰੀ ਸੈਂਟੀਗ੍ਰੇਡ ਸੀ। ਤਾਂ ਆਪਾਂ ਬੇਟਾ ਦੇਖਦੇ ਹਾਂ ਵੀਰਵਾਰ ਅਤੇ ਸ਼ਨੀਵਾਰ 40 ਡਿਗਰੀ ਸੈਂਟੀਗ੍ਰੇਡ ਆ। ਆਹ ਵੀਰਵਾਰ ਅਤੇ ਸ਼ਨੀਵਾਰ ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ, ਠੀਕ ਹੈ ਬੇਟਾ। ਇਦੂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 2। ਸਵਾਲ ਨੰਬਰ 2 ਨੂੰ ਧਿਆਨ ਦੇ ਨਾਲ ਦੇਖੋ ਬੇਟਾ। ਸਵਾਲ ਨੰਬਰ 2 ਦੇ ਵਿੱਚ ਅੰਕੜੇ ਦਿੱਤੇ ਹੋਏ, ਕਹਿੰਦਾ ਇੱਕ ਕ੍ਰਿਕਟ ਦੇ ਖਿਡਾਰੀ ਦੁਆਰਾ ਲਗਾਤਾਰ 4 ਸਾਲਾਂ ਵਿੱਚ ਬਣਾਈਆਂ ਗਈਆਂ ਦੌੜਾਂ ਇਸ ਤਰ੍ਹਾਂ ਹਨ। ਤਾਂ ਕ੍ਰਿਕਟ ਦੇ ਖਿਡਾਰੀ ਦੁਆਰਾ ਲਗਾਤਾਰ 4 ਸਾਲਾਂ ਦੇ ਵਿੱਚ ਬਣਾਈਆਂ ਗਈਆਂ ਦੌੜਾਂ ਆ, ਠੀਕ ਹੈ। ਤਾਂ ਬੇਟਾ ਇਹਦੇ 'ਚ ਆਪਾਂ ਧਿਆਨ ਦੇ ਨਾਲ ਫਿਗਰ ਨੂੰ ਪੜ੍ਹਨਾ, ਪੜ੍ਹ ਕੇ ਅਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ, ਠੀਕ ਹੈ ਬੇਟਾ। 4 ਸਾਲਾਂ ਦੇ ਵਿੱਚ ਬਣਾਈਆਂ ਗਈਆਂ ਦੌੜਾਂ ਇਸ ਪ੍ਰਕਾਰ ਹੈਗੀਆਂ। ਤਾਂ ਬੇਟਾ ਦੇਖੋ ਧਿਆਨ ਦੇ ਨਾਲ, 2014, 2015, 2016 ਅਤੇ 2017 ਅਤੇ ਦੌੜਾਂ 2014 ਦੇ ਵਿੱਚ ਉਹਨੇ 350 ਦੌੜਾਂ ਬਣਾਈਆਂ, 15 ਦੇ ਵਿੱਚ 250 ਬਣਾਈਆਂ। ਇੱਥੋਂ ਆਪਾਂ ਅੰਕੜੇ ਪੜ੍ਹ ਲੈਣੇ, 2016 ਦੇ ਵਿੱਚ 400 ਬਣਾਈਆਂ, ਠੀਕ ਹੈ। 2017 ਦੇ ਵਿੱਚ 300 ਬਣਾਈਆਂ ਲਗਭਗ, ਇਹਦੀ ਸੇਧ ਲੈ ਲੈਣੀ ਹੁੰਦੀ ਹੈ, ਠੀਕ ਹੈ। ਤਾਂ ਬੇਟਾ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਕਹਿੰਦਾ ਖਿਡਾਰੀ ਨੇ 2016 ਵਿੱਚ ਕਿੰਨੀਆਂ ਦੌੜਾਂ ਬਣਾਈਆਂ? ਤਾਂ ਕਿੰਨੀਆਂ ਦੌੜਾਂ ਬਣਾਈਆਂ ਬੇਟਾ ਅਸੀਂ 2016 ਦੇ ਵਿੱਚ ਦੇਖੋ ਤੁਸੀਂ, ਤਾਂ ਆਹ 400 ਬੇਟਾ, ਇਹਦੀ ਸੇਧ 'ਤੇ ਆਹ ਆਉਂਦਾ ਪਿਆ ਨਾ 400। ਤਾਂ ਆਹ 400 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ, ਠੀਕ ਹੈ ਬੇਟਾ। ਇਦੂ ਬਾਅਦ ਦੇ ਵਿੱਚ ਬੇਟਾ ਅਗਲਾ ਸਵਾਲ ਉਹ ਪੁੱਛ ਰਿਹਾ
ਕਹਿੰਦਾ ਖਿਡਾਰੀ ਨੇ ਸਭ ਤੋਂ ਘੱਟ ਦੌੜਾਂ ਕਿਹੜੇ ਸਾਲ ਦੌਰਾਨ ਬਣਾਈਆਂ? ਤਾਂ ਸਭ ਤੋਂ ਘੱਟ ਦੌੜਾਂ ਬੇਟਾ ਕਿਹੜੇ ਸਾਲ ਬਣਾਈਆਂ? ਆ ਚਾਰੇ ਛੜ ਗ੍ਰਾਫ ਦੇ ਵਿੱਚ ਦੇਖੋ, ਸਭ ਤੋਂ ਛੋਟਾ ਪਿੱਲਰ ਕਿਹੜਾ ਹੈ? ਆਹ ਵਾਲਾ ਪਿੱਲਰ ਸਭ ਤੋਂ ਛੋਟਾ ਹੈ। 250 ਦੌੜਾਂ ਕਦੋਂ ਬਣਾਈਆਂ? ਸਾਲ 2015 ਦੇ ਵਿੱਚ। ਅਸੀਂ ਸਾਲ 2015 ਨੂੰ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ, ਠੀਕ ਹੈ ਬੇਟਾ। ਅੱਗੇ ਦੇਖੋ ਬੇਟਾ, ਅਗਲਾ ਸਵਾਲ ਹੈਗਾ, ਕਹਿੰਦਾ ਖਿਡਾਰੀ ਦੁਬਾਰਾ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਬਣਾਈਆਂ ਗਈਆਂ ਦੌੜਾਂ ਦਾ ਅੰਤਰ ਕਿੰਨਾ ਹੈ? ਤਾਂ ਬੇਟਾ ਅਸੀਂ ਫਿਗਰ ਦੇਖਾਂਗੇ। ਸਭ ਤੋਂ ਵੱਧ ਦੌੜਾਂ ਬੇਟਾ ਉਹਨੇ 2016 ਦੇ ਵਿੱਚ ਬਣਾਈਆਂ, ਠੀਕ ਹੈ। ਤਾਂ ਸਭ ਤੋਂ ਘੱਟ ਦੌੜਾਂ ਉਹਨੇ 2015 ਦੇ ਵਿੱਚ ਬਣਾਈਆਂ, ਅਤੇ ਆਹ ਅੰਤਰ ਬੇਟਾ ਅਸੀਂ ਲੈਣਾ 400 ਘਟਾਓ 250। ਤਾਂ 400 ਘਟਾਓ 250, ਇਹ ਆ ਗਿਆ 150, 150। ਤਾਂ ਬੇਟਾ ਦੌੜਾਂ ਦਾ ਅੰਤਰ ਕਿੰਨਾ? ਸਭ ਤੋਂ ਵੱਧ ਅਤੇ ਸਭ ਤੋਂ ਘੱਟ ਬਣਾਈਆਂ ਦੌੜਾਂ ਦੇ ਵਿੱਚ ਕਿੰਨਾ ਅੰਤਰ ਹੈਗਾ? 150 ਦਾ ਆਪਾਂ ਕੈਲਕੂਲੇਟ ਕਰ ਲਿਆ, ਠੀਕ ਹੈ। ਪਹਿਲਾਂ ਵੀ ਗੱਲ ਕਰ ਚੁੱਕਾ, ਸਭ ਤੋਂ ਵੱਧ 400 ਸੀ ਅਤੇ ਸਭ ਤੋਂ ਘੱਟ 250 ਸੀ। 400 ਘਟਾਓ 250 ਬਰਾਬਰ 150। ਤਾਂ 150 ਨੂੰ ਆਪਾਂ ਟਿੱਕ ਕਰ ਦਿੱਤਾ, ਠੀਕ ਹੈ। ਅੱਗੇ ਹੈਗਾ ਬੇਟਾ ਸਵਾਲ ਨੰਬਰ 4, ਕਹਿੰਦਾ ਖਿਡਾਰੀ ਦੁਆਰਾ ਲਗਾਤਾਰ 4 ਸਾਲਾਂ ਵਿੱਚ ਬਣਾਈਆਂ ਗਈਆਂ ਕੁੱਲ ਦੌੜਾਂ ਕਿੰਨੀਆਂ ਹਨ? ਤਾਂ ਬੇਟਾ ਕੁੱਲ ਦੌੜਾਂ ਕਿੰਨੀਆਂ? ਅਸੀਂ ਫਿਰ ਫਿਗਰ ਨੂੰ ਅਬਜ਼ਰਵ ਕਰਾਂਗੇ। ਤਾਂ ਬੇਟਾ ਇੱਥੇ ਬਣਾਉਂਦਾ ਪਿਆ, ਸਭ ਤੋਂ ਪਹਿਲਾਂ ਤਾਂ ਇਹ ਆਹ ਹੈਗੇ ਆ 2014 ਦੇ ਵਿੱਚ ਬਣਾਉਂਦਾ ਪਿਆ 350। 2014 'ਚ ਬਣਾਈਆਂ 350, ਫਿਰ ਬੇਟਾ 2015 ਦੇ ਵਿੱਚ ਬਣਾਉਂਦਾ ਪਿਆ 250। 2015 ਦੇ ਵਿੱਚ 250, ਫਿਰ 2016 ਦੇ ਵਿੱਚ ਬਣਾਉਂਦਾ ਪਿਆ 400। 2016 ਦੇ ਵਿੱਚ ਬਣਾਈਆਂ 400, ਫਿਰ 2017 ਦੇ ਵਿੱਚ ਬਣਾਉਂਦਾ ਪਿਆ 300 ਦੌੜਾਂ। ਇਹਦੀ ਸੇਧ ਦੇਖ ਲੈਣੀ ਹੈ, ਠੀਕ ਹੈ। 2017 'ਚ ਬਣਾਉਂਦਾ ਪਿਆ 300 ਦੌੜਾਂ। ਇਦੂ ਬਾਅਦ ਦੇ ਵਿੱਚ ਬੇਟਾ ਅਸੀਂ ਟੋਟਲ ਕਰ ਦੇਣਾ, 0 ਦੀ 0, 5 5 10, 1 ਅੰਸਲ 1, 3 4, 2 6, 4 10, 3 13। ਤਾਂ ਟੋਟਲ ਉਹਨੇ 4 ਸਾਲਾਂ 'ਚ ਕਿੰਨੀਆਂ ਦੌੜਾਂ ਬਣਾਈਆਂ ਬੇਟਾ? 1300। ਤਾਂ ਬੇਟਾ ਆ ਪੁੱਛਦਾ ਪਿਆ ਵੀ ਖਿਡਾਰੀ ਨੇ ਲਗਾਤਾਰ 4 ਸਾਲਾਂ ਵਿੱਚ ਕੁੱਲ ਦੌੜਾਂ ਕਿੰਨੀਆਂ ਬਣਾਈਆਂ? ਤਾਂ C1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ। ਇਹਦੇ ਨਾਲ ਹੀ ਬੇਟਾ ਇਹ ਜਿਹੜਾ ਸੀਗਾ ਦਸਵਾਂ ਚੈਪਟਰ ਸਾਡਾ ਕੰਪਲੀਟ ਹੋ ਗਿਆ। ਅਗਲੇ ਬੇਟਾ ਚੈਪਟਰ ਆਪਾਂ 7 ਨੰਬਰ ਚੈਪਟਰ ਅਗਲੀ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।